ਇਹ ਜੀ ਇਹਨਾਂ ਦਾ AKF ਦਾ ਜਿਹੜਾ ਇਹਨਾਂ ਨੇ ਲੋਗੋ ਬਣਾਇਆ ਸੀ, ਆਨੰਦਪੁਰ ਖਾਲਸਾ ਫੌਜ AKF ਖਾਲਿਸਤਾਨ, ਤੇ ਇਹਦੇ 'ਚ ਉਰਦੂ 'ਚ ਲਿਖਿਆ ਹੋਇਆ। ਸਟੇਟ 'ਚ ਪ੍ਰੋਵਿੰਸਿਸ ਦਾ ਇਹਨਾਂ ਦਾ ਪਲਾਨ ਸੀਗਾ ਖਾਲਿਸਤਾਨ ਦਾ। ਇਹ ਹੈਗਾ ਸਿੱਖ ਰਿਆਸਤ ਕਪੂਰਥਲਾ ਦਾ ਝੰਡਾ, ਸਿੱਖ ਰਿਆਸਤ ਪਟਿਆਲਾ ਦਾ ਝੰਡਾ, ਕਰੰਸੀ ਬਿੱਲ ਆਫ $10 ਖਾਲਿਸਤਾਨ, ਇਹ ਵੀ ਇਹਦੀ ਫੋਟੋ ਸਾਨੂੰ ਬਰਾਮਦ ਹੋਈ ਇਹਦੇ ਮੋਬਾਈਲ 'ਚ। ਇਹ ਵਟਸਐਪ ਗਰੁੱਪ ਹੈ ਜੀ, ਇਹਦੇ 'ਚ ਹੋਰ ਮੈਂਬਰਸ ਤੋਂ ਇਲਾਵਾ ਹੋਰ ਮੁੰਡਿਆਂ ਨੂੰ ਵੀ ਯੂਥ ਨੂੰ ਇਹਦੇ 'ਚ ਇਨਵੋਲਵ ਕਰਦੇ ਸੀ ਅਤੇ ਉਹਨਾਂ ਨੂੰ ਇੰਸਪਾਇਰ ਕਰਦੇ ਸੀ। ਜਿਹੜੇ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਇਹਨਾਂ ਨੇ ਆਪਣੇ ਮੈਂਬਰਸ ਨੂੰ AKF ਦੇ ਨਾਲ ਆਪਣਾ ਬੈਲਟ ਨੰਬਰ ਵੀ ਦਿੱਤੇ ਹੋਏ ਸੀ। ਇਹਦੀ ਫੋਟੋਜ਼ 'ਚ ਸਾਨੂੰ ਇਹ ਮਤਲਬ ਲੱਗਾ ਆਲਰੇਡੀ ਇਸ ਤਰ੍ਹਾਂ ਹੀ ਫੋਟੋਜ਼ ਮਿਲਿਆ। ਇਹ ਬੰਦਾ AKF 56, ਦਿਸ ਵਨ AKF 47। ਜਿਹੜਾ ਅਸੀਂ ਤਜਿੰਦਰ ਗੋਰਖਾ ਫੜਿਆ, ਇਹਨੂੰ 3 ਨੰਬਰ ਅਲੋਟ ਹੋਇਆ ਸੀ AKF 3। ਇੱਕ ਇਹ ਸਾਰੇ ਮੈਂਬਰਸ ਬੁਲੇਟ ਪਰੂਫ ਜੈਕਟ ਪਾ ਕੇ ਬੈਠੇ ਹੋਏ AKF ਲੋਗੋ ਦੇ ਨਾਲ। ਖਾਲਿਸਤਾਨ, ਅਤੇ ਇਹਦੇ 'ਚ ਉਰਦੂ 'ਚ ਲਿਖਿਆ ਹੋਇਆ। ਸਟੇਟ 'ਚ ਪ੍ਰੋਵਿੰਸਿਸ ਦਾ ਇਹਨਾਂ ਦਾ ਪਲਾਨ ਸੀਗਾ ਖਾਲਿਸਤਾਨ ਦਾ। ਇਹ ਹੈਗਾ ਸਿੱਖ ਰਿਆਸਤ ਕਪੂਰਥਲਾ ਦਾ ਝੰਡਾ, ਸਿੱਖ ਰਿਆਸਤ ਪਟਿਆਲਾ ਦਾ ਝੰਡਾ, ਫਰੀਦਕੋਟ ਹਾਂਜੀ, ਸਿੱਖ ਰਿਆਸਤ ਜੀਂਦ ਦਾ ਝੰਡਾ ਜਿਹੜੀ ਉਹਨਾਂ ਹਰਿਆਣਾ 'ਚ ਇਹ ਜਿਹੜਾ ਕਰੰਸੀ ਬਿੱਲ ਆਫ $10 ਖਾਲਿਸਤਾਨ, ਇਹ ਵੀ ਇਹਦੀ ਫੋਟੋ ਸਾਨੂੰ ਬਰਾਮਦ ਹੋਈ ਇਹਦੇ ਮੋਬਾਈਲ 'ਚ। ਇਹ ਜੀ ਇਹਨਾਂ ਦਾ AKF ਦਾ ਜਿਹੜਾ ਇਹਨਾਂ ਨੇ ਲੋਗੋ ਬਣਾਇਆ ਸੀ, ਆਨੰਦਪੁਰ ਖਾਲਸਾ ਫੌਜ AKF। ਮੈਡਮ ਸਿੱਧਾ ਕਰ ਦਿਓ ਸਰ। ਇਹ ਜਿਹੜਾ ਵਟਸਐਪ ਗਰੁੱਪ ਮੈਂ ਦੱਸ ਰਹੀ ਸੀ, ਇਹ AKF ਆਨੰਦਪੁਰ ਖਾਲਸਾ ਫੌਜ। ਇਹ ਵਟਸਐਪ ਗਰੁੱਪ ਹੈ ਜੀ, ਇਹਦੇ 'ਚ ਹੋਰ ਮੈਂਬਰਸ ਤੋਂ ਇਲਾਵਾ ਹੋਰ ਮੁੰਡਿਆਂ ਨੂੰ ਵੀ ਯੂਥ ਨੂੰ ਇਹਦੇ 'ਚ ਇਨਵੋਲਵ ਕਰਦੇ ਸੀ ਅਤੇ ਉਹਨਾਂ ਨੂੰ ਇੰਸਪਾਇਰ ਕਰਦੇ ਸੀ। ਹੋਰ ਸਰ, ਉਹ ਇਹਦੇ ਹੋਰ ਮੈਂਬਰਸ ਦਾ ਗਰੁੱਪ ਸੀਗਾ। ਔਰ ਜਿਹੜੇ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਇਹਨਾਂ ਨੇ ਆਪਣੇ ਮੈਂਬਰਸ ਨੂੰ AKF ਦੇ ਨਾਲ ਆਪਣਾ ਬੈਲਟ ਨੰਬਰ ਵੀ ਦਿੱਤੇ ਹੋਏ ਸੀ। ਇਹਦੀ ਫੋਟੋਜ਼ 'ਚ ਸਾਨੂੰ ਇਹ ਮਤਲਬ ਲੱਗਾ ਆਲਰੇਡੀ ਇਸ ਤਰ੍ਹਾਂ ਹੀ ਫੋਟੋਜ਼ ਮਿਲਿਆ। ਇਹ ਬੰਦਾ AKF 56, ਦਿਸ ਵਨ AKF 47। ਜਿਹੜਾ ਅਸੀਂ ਤਜਿੰਦਰ ਗੋਰਖਾ ਫੜਿਆ, ਇਹਨੂੰ 3 ਨੰਬਰ ਅਲੋਟ ਹੋਇਆ ਸੀ AKF 3। ਦਿਸ ਕੁਡ ਬੀ ਬੇਸਡ ਔਨ ਉਹਨਾਂ ਦੀ ਸੀਨੀਓਰਿਟੀ ਇਨ ਦੇਅਰ ਆਰਗੇਨਾਈਜੇਸ਼ਨ ਹੀ ਹੋ ਸਕਦਾ। ਸ਼ੁਕਰੀਆ।
ਇੱਕ ਇਹ ਸਾਰੇ ਮੈਂਬਰਸ ਬੁਲੇਟ ਪ੍ਰੂਫ ਜੈਕਟ ਪਾ ਕੇ ਬੈਠੇ ਹੋਏ AKF ਲੋਗੋ ਦੇ ਨਾਲ ਦੇਖੋ ਮੈਂ ਜਿਹੜੇ ਮੇਨ ਮੈਂਬਰਸ ਹੈਗੇ ਇਹਦੇ 'ਚ ਤੁਸੀਂ ਦੇਖ ਸਕਦੇ ਹੋ ਇਹ ਦਲਜੀਤ ਕਲਸੀ ਆਲਰੇਡੀ ਅਰੈਸਟ ਹੋ ਚੁੱਕਾ ਹੈ ਉਹਨੂੰ NSA ਇਨਵੋਕ ਹੋ ਕੇ ਡਿਬਰੂਗੜ੍ਹ ਭੇਜ ਚੁੱਕਿਆ ਗਿਆ ਹੁਣ ਤੱਕ ਜਿਹੜਾ ਗੋਰਖਾ ਤਜਿੰਦਰ ਗੋਰਖਾ ਅਰੈਸਟ ਕੀਤਾ ਇਹਦੀ ਫੋਟੋ ਹੈ ਇਹਦੇ 'ਚ ਦੋ ਤਿੰਨ ਜਿਹੜੇ ਨਜ਼ਰ ਆ ਰਹੇ ਆ ਗੁਰਪੇਜ ਭੇਜਾ ਅਤੇ ਗੁਰਲਾਲ ਇਹ ਸਾਰੇ ਆਲਰੇਡੀ ਅਰੈਸਟ ਹੋ ਚੁੱਕੇ ਹਨ ਕਲਸੀ ਦੀ ਬੈਕ ਸਾਈਡ ਤੇ ਮੈਡਮ ਨਾ ਉਹ ਬੈਠਾ ਹਾਂਜੀ ਉਹਦੀ ਬੈਕ ਸਾਈਡ ਤੇ ਉਹ ਤੋਂ ਆ ਗਿਆ ਹਾਂਜੀ ਠੀਕ ਹੈ ਜੀ ਖਾਲਸਾ ਬਹੀਰ ਦੀ ਫੋਟੋ ਸੀ ਜੀ ਇਹ ਕੌਣ ਕੌਣ ਹੈ ਇਹ ਤਜਿੰਦਰ ਗੋਰਖਾ ਜਿਹੜਾ ਅਸੀਂ ਅਰੈਸਟ ਕੀਤਾ ਠੀਕ ਹੈ ਜੀ ਇਹ ਤਜਿੰਦਰ ਗੋਰਖਾ ਇਹਦੇ ਵੈਪਨ ਤੇ ਵੀ AKF ਲਿਖਿਆ ਹੈ ਇਹਨਾਂ ਦੇ ਵਟਸਐਪ ਗਰੁੱਪ ਤੋਂ ਸਾਨੂੰ ਇੱਦਾਂ ਦੀ ਫੋਟੋਜ਼ ਵੀ ਮਿਲੀਆਂ ਜਿਹਦੇ 'ਚ ਇਹਨਾਂ ਨੇ ਟੈਟੂ ਵੀ ਬਣਾਏ ਹੋਏ ਹੈ AKF ਜਿੱਦਾਂ ਇਹ ਗੁਰਪੇਜ ਹੈ ਇਹਨੇ ਆਪਣੇ ਟੈਟੂ ਵੀ ਬਾਡੀ 'ਤੇ ਬਾਂਹ 'ਤੇ ਇੰਕ ਕਰਾ ਲਿਆ ਸੀ ਤਜਿੰਦਰ ਗੋਰਖਾ ਵੀਡੀਓ 'ਚ ਇਹ ਫਾਇਰਿੰਗ ਪ੍ਰੈਕਟਿਸ ਕਰ ਰਿਹਾ ਜਦੋਂ ਕੋਈ ਖੇੜਾ ਇੱਥੇ ਤਜਿੰਦਰ ਵੈਪਨ ਕਲੀਨਿੰਗ ਕਰ ਰਿਹਾ ਇਹਦੀ ਵੀ ਵੀਡੀਓ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਦਿਖਾ ਮੈਂ ਇਹਨੂੰ ਅਸੈਂਬਲ ਡਿਸੈਂਬਲ ਕਰਨਾ ਵੈਪਨ ਕਲੀਨ ਕਰਨਾ ਇਹਨੂੰ ਸਾਰੀ ਟ੍ਰੇਨਿੰਗ ਆਲਰੇਡੀ ਮਿਲ ਚੁੱਕੀ ਹੈ ਮੇਰੇ ਹਿੰਦੀ ਤੁਸੀਂ ਕਰੇਗਾ ਜਦ ਮੈਂ ਫਾਈਲ ਕਰਵਾ ਇੱਥੇ ਪੁਸ਼ਅਪਸ ਦੀ ਵੀਡੀਓ ਸਾਡੇ ਕੋਲ ਆਈ ਹੈ ਜਿਹੜੇ ਨਾਲ ਨਾਲ ਆਪਣੀ ਬਾਡੀ ਦੀ ਫਿਜ਼ੀਕਲ ਜਿੱਦਾਂ ਯੂਨੀਫਾਰਮ ਸਰਵਿਸਿਜ਼ 'ਚ ਸਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਸ ਤਰ੍ਹਾਂ ਪੁਸ਼ਅਪਸ ਵਗੈਰਾ ਕਰ ਹਿੰਦੀ ਵੈਪਨਸ ਵੀ ਤੁਸੀਂ ਬੈਕਗ੍ਰਾਉਂਡ 'ਚ ਵੈਪਨਸ ਵੀ ਦੇਖ ਸਕਦੇ ਹੋ ਪਏ ਹੋ ਇੱਥੇ ਤਜਿੰਦਰ ਵੈਪਨ ਕਲੀਨਿੰਗ ਕਰ ਰਿਹਾ ਇਹਦੀ ਵੀ ਵੀਡੀਓ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਜਿਵੇਂ ਅਸੈਂਬਲ ਡਿਸੈਂਬਲ ਕਰਨਾ ਵੈਪਨ ਕਲੀਨ ਕਰਨਾ ਇਹਨੂੰ ਸਾਰੀ ਟ੍ਰੇਨਿੰਗ ਆਲਰੇਡੀ ਮਿਲ ਚੁੱਕੀ ਹਿੰਦੀ ਤੁਸੀਂ ਕਰੇਗਾ ਜਦ ਮੈਂ ਫਾਈਲ ਕਰਵਾ ਇੱਥੇ ਪੁਸ਼ਅਪਸ ਦੀ ਵੀਡੀਓ ਸਾਡੇ ਕੋਲ ਆਈ ਹੈ ਜਿਹੜੇ ਨਾਲ ਨਾਲ ਆਪਣੀ ਬਾਡੀ ਦੀ ਫਿਜ਼ੀਕਲ ਜਿੱਦਾਂ ਯੂਨੀਫਾਰਮ ਸਰਵਿਸਿਜ਼ 'ਚ ਸਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਸ ਤਰ੍ਹਾਂ ਪੁਸ਼ਅਪਸ ਵਗੈਰਾ ਕਰ ਹਿੰਦੀ ਵੈਪਨਸ ਵੀ ਤੁਸੀਂ ਬੈਕਗ੍ਰਾਉਂਡ 'ਚ ਵੈਪਨਸ ਵੀ ਦੇਖ ਸਕਦੇ ਹੋ ਪਏ ਹੋ ਇਹਦੇ 'ਚ ਪਤਾ ਲੱਗਦਾ ਹੈ ਕਿ ਅੰਮ੍ਰਿਤਪਾਲ ਦੇ ਪਿੱਛੇ ਖੜਾ ਹੈ ਤਜਿੰਦਰ ਇਹਦਾ ਮਤਲਬ CPT ਦਾ ਕਲੋਜ਼ ਪ੍ਰੋਟੈਕਸ਼ਨ ਟੀਮ ਦਾ ਮੈਂਬਰ ਸੀਗਾ
ਇੱਥੇ ਕਰਿਓ ਮੈਡਮ, ਠੀਕ ਹੈ। ਇਹਦੀ ਗੱਡੀ, ਇਹਦੀ ਫੋਟੋ 'ਚ ਪਤਾ ਲੱਗਿਆ ਕਿ ਗੱਡੀਆਂ 'ਚ ਇੱਦਾਂ ਵੈਪਨਸ ਰੱਖਦੇ ਸੀ। ਹਾਂਜੀ, ਇੱਕ ਸਾਨੂੰ ਪਾਕਿਸਤਾਨੀ ਨੈਸ਼ਨਲ ਦੇ ਡਰਾਈਵਿੰਗ ਲਾਇਸੈਂਸ ਦੀ ਵੀ ਫੋਟੋ ਇਹਦੇ ਫੋਨ 'ਚੋਂ ਮਿਲੀ। ਪਿੱਛੇ ਰੱਖ ਲਿਆ, ਜ਼ੂਮ ਕਰ ਲਾ, ਹੱਥ ਕੰਮ ਕੋਈ ਵੀ ਵੈਪਨ ਲੈ ਕੇ ਉਹਨੂੰ ਨਾ ਤਾਂ ਫਲੌਂਟ ਕਰ ਸਕਦਾ, ਨਾ ਇਸ ਤਰ੍ਹਾਂ ਗਨ ਕਲਚਰ ਪ੍ਰਮੋਟ ਕਰ ਸਕਦਾ। ਤੇ ਇਨੀਸ਼ੀਅਲੀ ਅਸੀਂ 188 IPC ਦਾ ਪਰਚਾ ਦਰਜ ਕੀਤਾ ਸੀਗਾ। ਉਸ ਤੋਂ ਬਾਅਦ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਿਆ ਕਿ ਇਹ ਬਹੁਤ ਹੀ ਜ਼ਿਆਦਾ ਅੰਮ੍ਰਿਤਪਾਲ ਸਿੰਘ ਦਾ ਬਹੁਤ ਹੀ ਕਲੋਜ਼ ਐਸੋਸੀਏਟ ਹੈ, ਔਰ ਇਹਦੇ 'ਤੇ ਪਹਿਲਾਂ ਵੀ 2 FIR ਲੌਜਡ ਹੈ। ਇੱਕ ਪਰਚਾ ਇਹਦੇ 'ਤੇ 2011 'ਚ ਐਕਸਾਈਜ਼ ਐਕਟ ਦਾ ਦਰਜ ਹੋਇਆ ਸੀ, ਜਿਹਦੇ 'ਚ ਇਹਨੂੰ ਕਨਵਿਕਸ਼ਨ ਔਰ 500 ਰੁਪਏ ਜੁਰਮਾਨਾ ਪਿਆ ਸੀਗਾ। ਉਸ ਤੋਂ ਬਾਅਦ 2012 'ਚ ਇਹਦੇ 'ਤੇ ਇੱਕ ਹਰਟ ਕੇਸ ਦਾ ਪਰਚਾ 323-24 ਦਾ ਥਾਣਾ ਮਲੌਦ 'ਚ ਦਰਜ ਹੋਇਆ ਸੀ, ਜੋ ਔਨ ਦਾ ਬੇਸਿਸ ਆਫ ਕੰਪਰੋਮਾਈਜ਼ ਕੈਂਸਲ ਕਰ ਦਿੱਤਾ ਗਿਆ ਸੀਗਾ। ਅਤੇ ਫਰਦਰ ਸਾਨੂੰ ਇਹ ਪਤਾ ਲੱਗਿਆ ਕਿ ਅੰਮ੍ਰਿਤਪਾਲ ਸਿੰਘ ਦਾ ਬਹੁਤ ਹੀ ਨਜ਼ਦੀਕੀ ਹੈ, ਔਰ ਉਸਦੀ ਜਿਹੜੀ ਸਿਕਿਉਰਿਟੀ ਦੀ ਕਲੋਜ਼ ਪ੍ਰੋਟੈਕਸ਼ਨ ਟੀਮ ਬਣੀ ਹੋਈ ਸੀਗੀ ਉਹਦਾ ਇਹ ਮੈਂਬਰ ਸੀਗਾ। ਅਤੇ ਇਹਨਾਂ ਨੇ ਇੱਕ ਆਨੰਦਪੁਰ ਖਾਲਸਾ ਫੌਜ ਜਿਹੜੀ AKF, ਤੁਹਾਨੂੰ ਸਾਰਿਆਂ ਨੂੰ ਰੀਸੈਂਟ